ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਟਾਈਮ ਸਫ਼ਰ 'ਤੇ ਬਤੀਤ ਕੀਤਾ। ਜਦੋਂ ਆਪਣੀਆਂ ਉਦਾਸੀਆਂ ਕਰਦੇ ਰਹੇ, ਸੰਸਾਰ ਦੇ ਵੱਖੋ ਵੱਖਰੇ ਇਲਾਕਿਆਂ ਵਿੱਚ ਜਾਂਦੇ ਰਹੇ, ਦੂਰ ਦੁਰਾਡੇ ਗਏ ਅਤੇ ਦੁਨੀਆਂ ਦੇ ਜਿਸ ਵੀ ਕੋਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ, ਉਹਨਾਂ ਨੇ ਉੱਥੇ ਜਾ ਕੇ ਪਰਮਾਤਮਾ ਦੀ ਗੱਲ ਕੀਤੀ, ਰੱਬ ਦੀ ਗੱਲ ਕੀਤੀ। ਰੱਬ ਦੀਆਂ ਗੱਲਾਂ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਹੁੰਦੀਆਂ ਸੀ, ਪਰ ਬਹੁਤੀ ਵਾਰੀ ਬੰਦੇ ਨੇ ਰੱਬ ਆਪਣਾ ਵੱਖਰਾ ਹੀ ਕ੍ਰੀਏਟ ਕਰ ਲਿਆ ਸੀ। ਜਿੱਦਾਂ ਦੀ ਬੰਦੇ ਦੀ ਸੋਚ ਹੁੰਦੀ ਹੈ, ਉੱਦਾਂ ਦਾ ਬੰਦਾ ਰੱਬ ਬਣਾ ਲੈਂਦਾ, ਅਤੇ ਆਪਣੇ ਹੀ ਬਣਾਏ ਰੱਬ ਨੂੰ, ਆਪਣੇ ਹੀ ਬਣਾਏ ਭਗਵਾਨ ਨੂੰ ਬੰਦਾ ਪੂਜਣਾ ਸ਼ੁਰੂ ਕਰ ਦਿੰਦਾ ਹੈ, ਉਹਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੰਦਾ ਹੈ। ਗੁਰੂ ਰਾਮਦਾਸ ਸਾਹਿਬ ਦੇ ਜੀਵਨ ਵਿੱਚੋਂ ਮੈਂ ਇੱਕ ਘਟਨਾ ਪੜ੍ਹੀ। ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਵਿੱਚ ਇੱਕ ਗੁਰਸਿੱਖ ਆਇਆ ਅਤੇ ਨਾਲ ਆਪਣੇ ਥੋੜ੍ਹੇ ਸਾਕ ਸੰਬੰਧੀਆਂ ਨੂੰ ਲੈ ਕੇ ਆਇਆ, ਉਹਦੇ ਦੋਸਤ ਮਿੱਤਰ ਵੀ ਨਾਲ ਸਨ। ਜਦੋਂ ਉਹਨੇ ਗੁਰੂ ਦੇ ਦਰਬਾਰ ਵਿੱਚ ਜਾਣਾ ਨਾ, ਤਾਂ ਆਮ ਕਰਕੇ ਉਹ ਲੋਕ ਪੁੱਛਿਆ ਕਰਦੇ ਸੀ ਕਿ ਤੈਨੂੰ ਉੱਥੇ ਜਾ ਕੇ ਕੀ ਮਿਲਦਾ। ਪਰ ਉਹ ਇਸ ਤਰੀਕੇ ਨਾਲ ਸਮਝਾਉਂਦਾ ਸੀ ਕਿ ਗੁਰਮੁਖੋ, ਉੱਥੇ ਜਾ ਕੇ ਮੈਨੂੰ ਜੋ ਮਿਲਦਾ ਉਹ ਮੈਂ ਬਿਆਨ ਨਹੀਂ ਕਰ ਸਕਦਾ, ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੈਨੂੰ ਉੱਥੇ ਜਾ ਕੇ ਮਿਲਦਾ ਕੀ। ਜਿਵੇਂ ਬਾਬਾ ਕਬੀਰ ਸਾਹਿਬ ਨੇ ਆਖਿਆ ਨਾ, ਕਹਿੰਦੇ ਕਿਸੇ ਗੂੰਗੇ ਨੂੰ ਗੁੜ ਖਵਾ ਕੇ ਪੁੱਛੋ ਵੀ ਦੱਸ ਵੀ ਸੱਜਣਾ, ਜਿਹੜਾ ਤੂੰ ਗੁੜ ਖਾਧਾ ਇਹਦਾ ਸਵਾਦ ਕਿੰਨਾ ਕੁ ਸੀ, ਹੁਣ ਕੀ ਦੱਸੇਗਾ ਉਹ। ਉਹ ਤਾਂ ਜੋ ਉਹਨੂੰ ਫੀਲ ਹੋਇਆ, ਉਹ ਸਿਰ ਮਾਰ ਕੇ ਜਾਂ ਕੋਈ ਅੱਖਾਂ ਦੇ ਇਸ਼ਾਰੇ ਨਾਲ ਕੁਝ ਸਮਝਾਉਣ ਦੀ ਕੋਸ਼ਿਸ਼ ਕਰੇਗਾ, ਲੇਕਿਨ ਉਹ ਆਪਣੀ ਜ਼ੁਬਾਨ ਤੋਂ ਪੱਕਾ ਦੱਸ ਨਹੀਂ ਸਕਦਾ ਵੀ ਇਹਦਾ ਸਵਾਦ ਕਿੱਦਾਂ ਦਾ ਸੀ। ਵੈਸੇ ਵੀ ਸਵਾਦ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕੋਈ ਚੀਜ਼ ਖਾ ਕੇ ਆਪਾਂ ਇੱਦਾਂ ਹੀ ਕਹਿੰਦੇ ਨਾ, ਬੜਾ ਸਵਾਦ ਆਇਆ, ਬੜੀ ਮਿੱਠੀ ਸੀ, ਬੜੀ ਖੱਟੀ ਸੀ, ਬੜੀ ਸਲੂਣੀ ਸੀ, ਬੜੀ ਅਲੂਣੀ ਸੀ, ਆਹੀ ਸ਼ਬਦ ਵਰਤਦੇ ਹਾਂ ਵੀ ਸਬਜ਼ੀ ਬੜੀ ਵਧੀਆ ਸੀ, ਚੌਲ ਬੜੇ ਵਧੀਆ ਅੱਜ ਬਣੇ, ਸ਼ਬਦ ਆਪਾਂ ਇਹ ਵਰਤਦੇ ਹਾਂ। ਲੇਕਿਨ ਕੋਈ ਵੀ ਬੰਦਾ ਜਿਹੜਾ ਸਵਾਦ ਹੈ ਨਾ, ਸਵਾਦ ਨੂੰ ਪੱਕੇ ਤੌਰ 'ਤੇ ਸ਼ਬਦਾਂ ਦੇ ਘੇਰ ਵਿੱਚ ਲਿਆ ਕੇ ਦੱਸ ਨਹੀਂ ਸਕਦਾ ਵੀ ਕਿੱਦਾਂ ਦਾ ਸੀ ਉਹ। ਬਾਬਾ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁਣ ਖਾਇਆ ਪੂਛੇ ਤੇ ਕਿਆ ਕਹੀ ਹੈ। ਕਹਿੰਦੇ ਨੇ ਗੂੰਗੇ ਨੂੰ ਗੁੜ ਖਵਾ ਦਿਓ, ਫਿਰ ਉਹ ਦੱਸ ਨਹੀਂ ਸਕਦਾ। ਫਿਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਜੋ ਮੈਨੂੰ ਰਸ ਆਉਂਦਾ ਨਾ, ਜੋ ਮੈਨੂੰ ਸਵਾਦ ਆਉਂਦਾ, ਇਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ, ਪਰ ਹਾਂ ਜਿਹੜਾ ਪਾ ਲੈਂਦਾ ਉਹ ਦੱਸ ਨਹੀਂ ਸਕਦਾ, ਅਤੇ ਜਿਹਨੇ ਅਜੇ ਵਿਚਾਰੇ ਨੇ ਪਾਇਆ ਨਹੀਂ ਹੈ ਉਹ ਵਿਚਾਰਾ ਇਹ ਸੋਚੀ ਜਾਂਦਾ, ਪਤਾ ਨਹੀਂ ਉੱਥੇ ਜਾ ਕੇ ਕੁਛ ਮਿਲਣਾ ਹੈ ਕਿ ਜਾਂ ਨਹੀਂ ਮਿਲਣਾ। ਰੱਬ ਨੂੰ ਪਾਉਣ ਵਾਲਿਆਂ ਦੀ ਵੀ ਆਹੀ ਕਹਾਣੀ ਹੈ, ਇੱਕ ਆਸਤਕ ਹੈ, ਇੱਕ ਨਾਸਤਕ ਹੈ। ਆਸਤਕ ਕੌਣ ਹੈ? ਜਿਹਨੇ ਪਾ ਲਿਆ। ਨਾਸਤਕ ਕੌਣ ਹੈ? ਜਿਹਨੂੰ ਨਹੀਂ ਮਿਲਿਆ। ਜਿਹੜਾ ਨਾਸਤਕ ਹੈ ਉਹ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ। ਜਿਹੜਾ ਆਸਤਕ ਹੈ ਉਹਨੇ ਸਭ ਕੁਛ ਪਾ ਲਿਆ, ਉਹ ਵੀ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹਦੇ ਵਿੱਚ ਹੀ ਸਮਾ ਗਿਆ। ਹੁਣ ਲੂਣ ਦੀ ਡਲੀ ਪਾਣੀ ਵਿੱਚ ਘੋਲ ਦਿਓ, ਉਹ ਪਾਣੀ ਦਾ ਰੂਹ ਬਣ ਜਾਂਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਦੇ ਵਿੱਚ ਉਹ ਗੁਰਸਿੱਖ ਨੇ ਜਦੋਂ ਆਉਣਾ, ਉਹਦੇ ਸੰਬੰਧੀਆਂ ਨੇ, ਉਹਦੇ ਦੋਸਤਾਂ ਨੇ ਪੁੱਛਣਾ, ਤੈਨੂੰ ਉੱਥੇ ਜਾ ਕੇ ਕੀ ਮਿਲਦਾ। ਅਤੇ ਆਮ ਕਰਕੇ ਇੱਕ ਸਵਾਲ ਕਰਿਆ ਕਰਦੇ ਸੀ ਵੀ ਮਨ ਦੀ ਸ਼ਾਂਤੀ ਨਹੀਂ ਹੁੰਦੀ, ਮਨ ਟਿਕਦਾ ਨਹੀਂ ਹੈ, ਮਨ ਟਿਕਾਓ 'ਚ ਨਹੀਂ ਆਉਂਦਾ। ਧਾਰਮਿਕ ਦੁਨੀਆ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ, ਮਨ ਕਿਉਂ ਨਹੀਂ ਟਿਕਦਾ, ਮਨ ਦਾ ਟਿਕਾਓ ਕਿਉਂ ਨਹੀਂ। ਹੁਣ ਇਹ ਗੱਲ ਗੁਰੂ ਰਾਮਦਾਸ ਸਾਹਿਬ ਦੇ ਕੋਲ ਗੁਰਸਿੱਖ ਲੈ ਕੇ ਆਇਆ। ਵੱਡੀ ਗਿਣਤੀ ਵਿੱਚ ਉਹਦੇ ਦੋਸਤ ਮਿੱਤਰ ਸੀ।
ਗੁਰੂ ਰਾਮਦਾਸ ਸਾਹਿਬ ਆਪਣੇ ਦਰਬਾਰ ਵਿੱਚ ਬੈਠੇ ਨੇ। ਗੁਰੂ ਰਾਮਦਾਸ ਸਾਹਿਬ ਦੀ ਇੱਕ ਰੂਟੀਨ ਸੀ, ਵੈਸੇ ਸਾਰੇ ਗੁਰੂ ਸਾਹਿਬਾਨਾਂ ਦੀ ਰੂਟੀਨ ਸੀ, ਕਿ ਦਰਬਾਰ ਦੀ ਸਮਾਪਤੀ ਤੋਂ ਬਾਅਦ ਸਿੱਖ ਸਵਾਲ ਕਰਦੇ ਹੁੰਦੇ ਸੀ ਗੁਰੂ ਸਾਹਿਬ ਨੂੰ, ਅਤੇ ਸਵਾਲ ਜਵਾਬ ਜਦੋਂ ਕਰਨੇ ਤਾਂ ਉਸ ਟਾਈਮ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਸ਼ੰਕੇ ਨਿਵਰਤ ਕਰਿਆ ਕਰਦੇ ਸੀ ਜੋ ਵੀ ਉਹਨਾਂ ਨੇ ਪੁੱਛਣਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਸੇ ਕਹਿੰਦੇ, ਮਹਾਰਾਜ ਮੈਂ ਆਪਣੇ ਨਾਲ ਆਪਣੇ ਦੋਸਤ ਮਿੱਤਰ ਸਾਕ ਸੰਬੰਧੀਆਂ ਨੂੰ ਨਾਲ ਲੈ ਕੇ ਆਇਆ, ਇਹ ਤੁਹਾਡੇ ਚਰਨਾਂ 'ਚ ਪਹਿਲਾਂ ਨਹੀਂ ਆਏ, ਲੇਕਿਨ ਅੱਜ ਆਏ ਨੇ, ਲੇਕਿਨ ਇਹਨਾਂ ਦਾ ਸਵਾਲ ਮੈਂ ਰੱਖਣ ਲੱਗਾ ਕਿ ਸੱਚੇ ਪਾਤਸ਼ਾਹ ਧਰਮ ਦਾ ਸਾਰਾ ਹੀ ਕੰਮ ਕਰਦੇ ਹਾਂ, ਧਰਮ ਦੀ ਕਿਰਤ ਕਰਦੇ ਹਾਂ, ਧਰਮ ਦੀ ਦੁਨੀਆਂ 'ਚ ਵਿਚਰਦੇ ਹਾਂ, ਪਾਠ ਪੂਜਾ ਵੀ ਨਿੱਤ ਕਰਦੇ ਹਾਂ, ਪਰ ਆਤਮਿਕ ਸ਼ਾਂਤੀ ਨਹੀਂ ਹੈ, ਅੰਦਰ ਕੋਈ ਟਿਕਾਓ ਜਿਹਾ ਨਹੀਂ ਮਿਲਦਾ, ਅੰਦਰ ਖਿੱਚੋ ਤਾਣ ਜੀ ਲੱਗੀ ਰਹਿੰਦੀ ਹੈ, ਅੱਗ ਜੀ ਲੱਗੀ ਰਹਿੰਦੀ ਹੈ, ਵਾਹੇ ਕਿਵੇਂ ਦੂਰ ਹੋਏ ਅਤੇ ਕਿਉਂ ਇਹ ਸਭ ਕੁਛ ਹੁੰਦਾ ਹੈ। ਗੁਰੂ ਰਾਮਦਾਸ ਸਾਹਿਬ ਨੇ ਜਿਹੜੀ ਗੱਲ ਕਹੀ ਨਾ ਉਹ ਬੜੀ ਪਿਆਰੀ ਸੀ। ਸੱਚੇ ਪਾਤਸ਼ਾਹ ਨੇ ਕਿਹਾ ਵੀ ਪਹਿਲਾਂ ਤਾਂ ਇਹ ਸੋਚੋ ਵੀ ਸਾਨੂੰ ਪੈਦਾ ਕਿਹਨੇ ਕੀਤਾ। ਕਹਿੰਦੇ ਨੇ ਪੈਦਾ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਫਿਰ ਜਿਹਨੇ ਪੈਦਾ ਕੀਤਾ, ਜਿਹਨੇ ਸਾਨੂੰ ਬਣਾਇਆ, ਜੇ ਆਪਾਂ ਉਸੇ ਹੀ ਪਰਮਾਤਮਾ ਨੂੰ ਛੱਡ ਕੇ ਉਹਨੂੰ ਭੁੱਲ ਕੇ ਅਤੇ ਹੋਰਨਾਂ ਦੇ ਦਰਾਂ ਦੇ ਉੱਤੇ ਜਾ ਕੇ ਟੱਕਰਾਂ ਮਾਰਾਂਗੇ ਅਤੇ ਕੀ ਉਸ ਰੱਬ ਨੂੰ ਚੰਗਾ ਲੱਗੇਗਾ। ਇਗਜ਼ੈਂਪਲ ਲਈ ਮਹਾਰਾਜ ਨੇ, ਕਹਿੰਦੇ ਨੇ ਆਪਣੇ ਮਾਂ ਪਿਓ ਨੂੰ ਛੱਡ ਕੇ, ਆਪਣੇ ਮਾਂ ਪਿਓ ਦਾ ਪੱਲਾ ਛੱਡ ਕੇ, ਉਹਨਾਂ ਨੂੰ ਇਗਨੋਰ ਕਰਕੇ ਬੰਦਾ ਦੂਸਰੇ ਦੀ ਮਾਂ ਨੂੰ ਮਾਂ ਅਤੇ ਦੂਸਰੇ ਦੇ ਬਾਪ ਨੂੰ ਪਿਓ ਕਹੇ ਅਤੇ ਆਪਣੇ ਮਾਂ ਬਾਪ ਨੂੰ ਚੰਗਾ ਲੱਗੇਗਾ? ਕਹਿੰਦੇ ਨਹੀਂ ਚੰਗਾ ਲੱਗਦਾ। ਫਿਰ ਉਹ ਜਿਹੜਾ ਬੱਚਾ ਆਪਣੇ ਮਾਂ ਬਾਪ ਨੂੰ ਇਗਨੋਰ ਕਰਦਾ ਏ, ਸਮਝੇ ਵੀ ਹੈ ਹੀ ਨਹੀਂ ਮੇਰੇ ਮਾਂ ਬਾਪ ਦੁਨੀਆ ਦੇ ਵਿੱਚ, ਅਤੇ ਉਹਨਾਂ ਦੇ ਮਾਂ ਬਾਪ ਦੇ ਵਿੱਚੋਂ, ਦਿਲ ਦੇ ਵਿੱਚੋਂ, ਉਹਨਾਂ ਦੇ ਅੰਦਰੋਂ, ਉਹਨਾਂ ਦੀ ਆਤਮਾ ਤੋਂ, ਉਹਨਾਂ ਦੇ ਮਨ ਵਿੱਚੋਂ ਕਿੱਦਾਂ ਦੇ ਖਿਆਲਾਤ ਪੈਦਾ ਹੋ ਕੇ ਜਵਾਨ ਰਾਹੀਂ ਬਾਹਰ ਨਿਕਲਣਗੇ ਅਤੇ ਕੀ ਉਹਦਾ ਅਸਰ ਨਹੀਂ ਹੋਏਗਾ ਤੁਹਾਡੇ ਜੀਵਨ ਦੇ ਉੱਤੇ? ਕਹਿੰਦੇ ਹੋਏਗਾ। ਮਹਾਰਾਜ ਕਹਿੰਦੇ ਨੇ ਹੁਣ ਸੋਚਿਓ ਵੀ ਜਿਹਨੇ ਸਾਨੂੰ ਬਣਾਇਆ, ਆਪਾਂ ਉਹਨਾਂ ਨੂੰ ਛੱਡ ਕੇ ਮੜੀਆਂ ਮਸਾਣਾਂ 'ਤੇ ਜਾ ਕੇ ਪੂਜੀਏ। ਇਹ ਗੁਰੂ ਰਾਮਦਾਸ ਸਾਹਿਬ ਨੇ ਕਿਹਾ, ਕਹਿੰਦੇ ਮੜੀਆਂ ਮਸਾਣਾਂ ਦੀ ਪੂਜਾ ਕਰੀਏ, ਹੋਰਨਾਂ ਦੇ ਦਰਵਾਜ਼ਿਆਂ 'ਤੇ ਜਾ ਕੇ ਟੱਕਰਾਂ ਮਾਰੀਏ ਅਤੇ ਕੀ ਉਸ ਰੱਬ ਨੂੰ ਚੰਗਾ ਲੱਗੇਗਾ ਕਿ ਮੈਂ ਬਣਾ ਕੇ ਦੁਨੀਆਂ 'ਚ ਭੇਜਿਆ ਕਮਲੇ ਮੈਨੂੰ ਛੱਡ ਕੇ ਅਤੇ ਆਪਣੀਆਂ ਹੀ ਬਣਾਈਆਂ ਹੋਈਆਂ ਚੀਜ਼ਾਂ ਦੀ ਪੂਜਾ ਕਰੀ ਜਾਂਦੇ ਨੇ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮਨ ਦੀ ਸ਼ਾਂਤੀ ਕਿੱਦਾਂ ਹੋਵੇ? ਤੁਸੀਂ ਟੱਕਰਾਂ ਮਾਰਦੇ ਹੋ ਬਾਹਰ, ਅਤੇ ਜੇ ਬਾਹਰ ਦੀ ਦੁਨੀਆਂ ਛੱਡ ਕੇ ਆਪਣੇ ਅੰਦਰ ਬੈਠੇ ਹੋਏ ਪਰਮਾਤਮਾ ਨੂੰ ਵੇਖ ਲਓ ਅਤੇ ਫਿਰ ਤੁਹਾਡਾ ਮਨ ਸ਼ਾਂਤ ਹੋਏਗਾ, ਤੁਹਾਨੂੰ ਆਤਮਿਕ ਸ਼ਾਂਤੀ ਮਿਲੇਗੀ, ਤੁਹਾਡੇ ਅੰਦਰ ਇੱਕ ਖੁਸ਼ੀ ਪੈਦਾ ਹੋਏਗੀ, ਹੁਲਾਰਾ ਪੈਦਾ ਹੋਏਗਾ। ਫਿਰ ਤੁਸੀਂ ਵੀ ਆਖੋਗੇ ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ਖਬਰੀ ਮੇਰੇ ਅੰਦਰ ਹੀ ਹੈ ਅਤੇ ਖੁਸ਼ੀ ਹੁੰਦੀ ਮੈਂ ਜਦੋਂ ਤੈਨੂੰ ਆਪਣੇ ਅੰਦਰੋਂ ਪ੍ਰਤੀਤ ਕਰਦਾ।